ਇਹਦੇ ਵਿੱਚ ਜੀ ਦੋ ਪ੍ਰੋਸੀਜਰ ਆਉਂਦੇ ਸਾਡੇ, ਇੱਕ ਤਾਂ ਅਸੀਂ ਆਪਣੇ ਬਜ਼ੁਰਗਾਂ ਦਾ ਇਤਿਹਾਸ ਦੁਬਾਰਾ ਲਿਆਉਣਾ ਚਾਹੁੰਦੇ ਹਾਂ। ਜੇ ਅਸੀਂ ਇਹਦੇ ਵਿੱਚ ਪੱਖਾ ਲਾ ਸਕਦੇ ਹਾਂ, ਜੇ ਬਿਲਕੁਲ ਜ਼ਿਆਦਾ ਗਰਮੀ ਹੋਵੇ ਠੰਡਾ ਵੀ ਕਰ ਸਕਦੇ ਹਾਂ, ਇਹਨੂੰ ਚਾਰ ਬਾਲਟੀਆਂ ਬਾਹਰ ਦੀ ਪਾਣੀ ਦੀਆਂ ਪਾਓ ਅਤੇ ਤਾਂ ਅੰਦਰ ਠੰਡਾ ਹੋ ਜਾਂਦਾ, ਕੂਲਰ ਦੀ ਵੀ ਲੋੜ ਨਹੀਂ ਲੋੜ ਪੈਂਦੀ। ਜੇ ਦੇਖਿਆ ਜਾਵੇ ਨਾ ਜੀ, ਹੁਣ ਇੱਥੇ ਆ ਕੇ ਲੰਗਰ ਚੱਲਦੇ ਆ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ, 20% ਯਾਨੀ ਕਿਸਾਨ ਖਾ ਰਹੇ ਆ ਜੀ, 80% ਦਿੱਲੀ ਦੀ ਜਨਤਾ ਖਾ ਰਹੀ ਹੈ। ਅੰਦੋਲਨ ਦੇ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਇਹ ਅੰਦੋਲਨ ਚੱਲਦਾ ਪਿਆ, ਕਿਸ ਤਰ੍ਹਾਂ ਸਾਡੇ ਪੰਜਾਬ ਦੇ ਕਿਸਾਨ ਇੱਥੇ ਮੌਜੂਦ ਹੈ, ਕਿਸ ਤਰ੍ਹਾਂ ਇੱਥੇ ਸੋਹਣੀਆਂ ਸੋਹਣੀਆਂ ਟਰਾਲੀਆਂ, ਸੋਹਣੀਆਂ ਸੋਹਣੇ ਜਿਹੜੇ ਟਰੈਕਟਰ ਨੇ ਉਹ ਸਜਾਏ ਹੋਏ ਨੇ। ਔਰ ਜਦੋਂ ਪੰਜਾਬ ਵਿੱਚ ਆਈਦਾ ਸੀਗਾ ਉਦੋਂ ਵੀ ਦੇਖੀਦਾ ਸੀਗਾ ਵੀ ਕਿਸ ਤਰ੍ਹਾਂ ਮਾਹੌਲ ਬਣਿਆ ਹੁੰਦਾ ਸੀਗਾ, ਸਾਡੇ ਜਿਹੜੇ ਬਾਬੇ ਹੁੰਦੇ ਸੀਗੇ ਬੈਠੇ ਹੁੰਦੇ ਸੀਗੇ, ਆਪਸ 'ਚ ਸਲਾਹ ਕਰਦੇ ਹੁੰਦੇ ਸੀਗੇ, ਪੰਜ ਪਿਆਰੇ ਨਜ਼ਰ ਆਉਂਦੇ ਸੀਗੇ ਸਾਨੂੰ ਪਿੰਡਾਂ ਦੇ ਵਿੱਚ, ਔਰ ਅੱਜ ਉਹੀ ਇੱਥੇ ਪਿੰਡ ਵੱਸਦੇ ਹੋਏ ਜਿਹੜੇ ਨੇ ਉਹ ਨਜ਼ਰ ਆ ਰਹੇ ਆ। ਔਰ ਇੱਥੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਦੋਨੇ ਉਦਾਹਰਣ ਵਿਖਣਗੇ। ਇੱਕ ਪਾਸੇ ਇਹ ਉਦਾਹਰਣ ਹੈਗਾ ਜਦੋਂ ਸਿਆਲ ਸੀਗਾ ਉਦੋਂ ਕਿਸ ਤਰ੍ਹਾਂ ਟਰਾਲੀਆਂ ਨੂੰ ਪੈਕ ਕੀਤਾ ਗਿਆ ਤਾਂ ਕਿ ਠੰਡ ਨਾ ਲੱਗੇ, ਠੰਡ ਦੇ ਨਾਲ ਕੋਈ ਵੀ ਬਿਮਾਰ ਨਾ ਹੋਏ। ਅਤੇ ਹੁਣ ਜਦੋਂ ਵੇਲਾ ਆ ਗਿਆ ਗਰਮੀਆਂ ਦਾ, ਅਤੇ ਗਰਮੀਆਂ ਦੇ ਵਿੱਚ ਵੀ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਏਗਾ ਵੀ ਕਿਸੇ ਨੂੰ ਵੀ ਗਰਮੀ ਨਾਲ ਤਬੀਅਤ ਨਾ ਖਰਾਬ ਹੋਏ, ਪਾਣੀ ਦੀ ਵੀ ਪੂਰੀ ਉਸੇ ਤਰ੍ਹਾਂ ਦੀ ਸੁਵਿਧਾ ਵਾ। ਲੇਕਿਨ ਰਹਿਣ ਵਾਸਤੇ ਜਿਹੜਾ ਹੈ ਉਹ ਗਰਮੀਆਂ ਦੀ ਪੂਰੀ ਜਿਹੜੀ ਤਿਆਰੀ ਇੱਥੇ ਸ਼ੁਰੂ ਹੋ ਗਈ ਆ। ਔਰ ਇਹਨਾਂ ਦੇ ਚਿਹਰਿਆਂ ਦੇ ਮੁਸਕਰਾਹਟ ਦੇਖੋ, ਇਹ ਪੂਰੀ ਤਰ੍ਹਾਂ ਇਸ ਤਿਆਰੀ ਨੂੰ ਆਪਣੇ ਆਪ ਆਪਣੇ ਹੱਥਾਂ ਨਾਲ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਸਰਦਾਰ ਤਰਸੇਮ ਸਿੰਘ ਜੀ। ਕਿੱਥੋਂ ਆਏ ਹੋ ਜੀ? ਅਸੀਂ ਆਏ ਹਾਂ ਫਗਵਾੜੇ ਤੋਂ ਜੀ, ਨਾਲ ਪਿੰਡ ਭੁੱਲਾ ਰਾਈ ਆਏ। ਹਾਂਜੀ, ਫਗਵਾੜੇ ਵਾਲੀਆਂ ਦੀਆਂ ਟਰਾਲੀਆਂ ਤਾਂ ਵੈਸੇ ਵੀ ਬੜੀਆਂ ਮਸ਼ਹੂਰ ਹੁੰਦੀਆਂ ਨੇ, ਕਹਿੰਦੇ ਬੜੇ ਵੱਖਰੇ ਵੱਖਰੇ ਤਰੀਕੇ ਦੀਆਂ ਟਰਾਲੀਆਂ ਲੈ ਕੇ ਆਉਂਦੇ ਨੇ। ਹਾਂਜੀ ਹਾਂਜੀ, ਬਿਲਕੁਲ ਜੀ। ਤੁਹਾਡਾ ਟੈਂਟ ਵੀ ਇਸ ਵੇਲੇ ਮਸ਼ਹੂਰ ਹੁੰਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਸਿਆਲ ਦੇ ਵੇਲੇ ਕਿਸ ਤਰ੍ਹਾਂ ਪੈਕਿੰਗ ਕੀਤੀ ਗਈ ਸੀ ਵੀ ਤਾਂ ਕਿ ਕਿਸੇ ਨੂੰ ਠੰਡ ਨਾ ਲੱਗੇ। ਤੇ ਹੁਣ ਮੈਂ ਦੇਖ ਰਿਹਾ ਇੱਥੇ ਗਰਮੀਆਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਚੁੱਕੇ ਨੇ, ਮੈਨੂੰ ਇਸ ਟੈਂਟ ਦੇ ਬਾਰੇ ਜਾਂ ਫਿਰ ਕਹੀਏ ਜਿਹੜੀ ਝੌਂਪੜੀ ਤੁਸੀਂ ਤਿਆਰ ਕਰ ਰਹੇ ਹੋ ਇਹਦੇ ਬਾਰੇ ਦੱਸੋ ਜੀ। ਇਹਦੇ ਵਿੱਚ ਜੀ ਦੋ ਪ੍ਰੋਸੀਜਰ ਆਉਂਦੇ ਸਾਡੇ, ਇੱਕ ਤਾਂ ਅਸੀਂ ਆਪਣੇ ਬਜ਼ੁਰਗਾਂ ਦਾ ਇਤਿਹਾਸ ਦੁਬਾਰਾ ਲਿਆਉਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਥੋੜ੍ਹੇ ਜਿਹਾ ਪਿੱਛੇ ਵਿਰਸੇ ਨੂੰ ਦੇਖੀਏ ਸਾਡੇ ਬਜ਼ੁਰਗਾਂ ਦੇ ਜਾਣੀ ਇਹ ਕੰਮ ਸੀਗੇ। ਅੱਛਾ, ਦੂਜਾ ਇਹ ਆ ਅੱਜ ਕੱਲ੍ਹ ਇਸ ਕਰਕੇ ਹੁਣ ਮੂਹਰੇ ਗਰਮੀ ਆ ਰਹੀ ਹੈ, ਗਰਮੀ ਕਰਕੇ ਇਹਦੇ ਵਿੱਚ ਜਾਣੀ ਗਰਮੀ ਨਹੀਂ ਆਏਗੀ ਅੰਦਰ, ਕਿਉਂ ਜੇ ਆਪਾਂ ਤਰਪਾਲਾਂ ਪਾਉਂਦੇ ਹਾਂ ਉਹ 'ਚ ਗਰਮੀ ਬਹੁਤ ਆਉਣੀ ਹੈ, ਤਰਪਾਲਾਂ ਦੇ ਵਿੱਚ ਤਰਪਾਲਾਂ 'ਚ ਗਰਮੀ ਆਉਣੀ, ਇਹਦੇ ਵਿੱਚ ਗਰਮੀ ਨਹੀਂ ਆਉਣੀ ਜੀ। ਜੇ ਅਸੀਂ ਇਹਦੇ ਵਿੱਚ ਪੱਖਾ ਲਾ ਸਕਦੇ ਹਾਂ, ਜੇ ਬਿਲਕੁਲ ਜ਼ਿਆਦਾ ਗਰਮੀ ਹੋਵੇ ਠੰਡਾ ਵੀ ਕਰ ਸਕਦੇ ਹਾਂ, ਇਹਨੂੰ ਚਾਰ ਬਾਲਟੀਆਂ ਬਾਹਰ ਦੀ ਪਾਣੀ ਦੀਆਂ ਪਾਓ ਅਤੇ ਤਾਂ ਅੰਦਰ ਠੰਡਾ ਹੋ ਜਾਂਦਾ, ਕੂਲਰ ਦੀ ਵੀ ਲੋੜ ਨਹੀਂ ਲਾਉਣ ਪੈਂਦੀ। ਇਸ ਕਰਕੇ ਇਹ ਹੁਣ ਗਰਮੀਆਂ ਲਈ ਤਿਆਰ ਕਰ ਰਹੇ ਹਾਂ। ਬਹੁਤ ਬਹੁਤ ਵਧੀਆ ਲੱਗ ਰਿਹਾ ਜੀ। ਦੇਖੋ, ਕਹਿੰਦੇ ਕਿ ਗਰਮੀਆਂ ਦੇ ਵਿੱਚ ਹੁਣ ਕੂਲਰਾਂ ਦੀ ਵੀ ਨਹੀਂ ਲੋੜ ਪੈਣੀ, ਕਿਉਂਕਿ ਕੂਲਰ ਵਾਲਾ ਜਿਹੜਾ ਸਿਸਟਮ ਹੈ, ਜਿਹੜਾ ਦੇਸੀ ਕੂਲਰ ਹੈ ਉਹ ਤਿਆਰ ਕਰ ਦਿੱਤਾ ਗਿਆ ਇਸ ਝੌਂਪੜੀ ਦੇ ਵਿੱਚ। ਕਹਿੰਦੇ ਬਾਹਰੋਂ ਪਾਣੀ ਪਾਇਆ ਕਰਾਂਗੇ ਅਤੇ ਇੱਥੋਂ ਜਿਹੜੀ ਠੰਡੀ ਹਵਾ ਜਿਹੜੀ ਉਹ ਅੰਦਰ ਆਇਆ ਕਰੇਗੀ, ਪੱਖੇ ਵੀ ਲਗਾ ਦਿੱਤੇ ਜਾਣਗੇ ਇਹਦੇ ਵਿੱਚ। ਔਰ ਕੁਛ ਇਸੇ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਵੀ ਹੋ ਚੁੱਕੀ ਹੈ, ਆਪ ਕਰ ਰਹੇ ਹੋ ਆਪਣੇ ਹੱਥੀਂ ਕਰ ਰਹੇ ਹੋ? ਅਸੀਂ ਆਪਣੇ ਹੱਥੀਂ ਕਰ ਰਹੇ ਹਾਂ ਜੀ। ਅਸੀਂ ਇਹਦਾ ਮਤਲਬ ਇਹ ਆ ਵੀ ਅਸੀਂ ਕਿਤੇ ਇਹ ਨਹੀਂ ਹੈ ਵੀ ਇੱਕ ਦੋ ਦਿਨ ਦਾ ਕੰਮ ਹੈ, ਸਾਨੂੰ ਪਤਾ ਲੰਬਾ ਸੰਘਰਸ਼ ਚੱਲਣਾ, ਅਸੀਂ ਇਸ ਕਰਕੇ ਆਪਣਾ ਪੂਰਾ ਪੱਕਾ ਜਗਾਲ ਬਣਾ ਰਹੇ ਹਾਂ। ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਅੰਦੋਲਨ ਨੂੰ ਵੀ ਕਾਫੀ ਸਮਾਂ ਹੋ ਗਿਆ, ਪੱਕੀ ਤਿਆਰੀ ਕੀਤੀ ਹੋਈ ਹੈ ਵੀ ਜਿੰਨਾ ਮਰਜ਼ੀ ਚੱਲੇ ਪਰ ਅਸੀਂ ਰੱਦ ਕਰਵਾ ਕੇ ਜਾਣਾ? ਸਾਡਾ ਤਾਂ ਇਹੀ ਆ, ਜਾਣੀ ਪਹਿਲਾਂ ਤਾਂ ਜਾਣੀ ਮਕਸਦ ਸਾਡਾ ਅਸੀਂ ਰੱਦ ਕਰਾ ਕੇ ਜਾਵਾਂਗੇ ਜੀ। ਜਦੋਂ ਹੁਣ ਅਸੀਂ ਆ ਕੇ ਇੱਥੇ ਬਹਿ ਗਏ ਹਾਂ ਬਾਰਡਰ 'ਤੇ, ਹੁਣ ਇਹਨੂੰ ਦੱਸਦੇ ਹਾਂ ਵੀ ਰੱਦ ਕਰਾਂਗੇ, ਕੋਈ ਨਹੀਂ ਸੰਘਰਸ਼ ਮਹੀਨਾ, ਦੋ ਮਹੀਨੇ, ਛੇ ਮਹੀਨੇ, ਸਾਲ ਚੱਲੇਗਾ, ਕੋਈ ਬਾਤ ਨਹੀਂ, ਆਪਾਂ ਨੂੰ ਕੋਈ ਫਰਕ ਨਹੀਂ, ਸਾਰਾ ਕੰਮ ਕਾਰ ਸੈੱਟ ਕਰਕੇ ਆਏ ਹਾਂ, ਆਉਂਦੇ ਵੀ ਹਾਂ ਜਾਂਦੇ ਵੀ ਹਾਂ, ਪਹਿਲਾਂ ਆਉਣ ਜਾਣ ਵੀ ਸਾਰਿਆਂ ਕੀਤਾ ਵੀ ਕੋਈ ਪ੍ਰੋਬਲਮ ਜਿੰਨਾ ਚੱਲੂਗਾ ਚਲਾਵਾਂਗੇ, ਜਾਵਾਂਗੇ ਰੱਦ ਕਰਾ ਕੇ ਜੀ। ਬਹੁਤ ਸੋਹਣੀ ਗੱਲ। ਕਿਸਾਨਾਂ ਨੂੰ ਮੰਨਿਆ ਜਾਂਦਾ ਉਜਾੜ ਦੇ ਵਿੱਚ ਵੀ ਉਪਜਾਊ ਜ਼ਮੀਨ ਪ੍ਰਗਟ ਕਰ ਦਿੰਦੇ ਨੇ, ਔਰ ਇਹ ਤੁਹਾਡੇ ਹੱਥਾਂ ਦੇ ਵਿੱਚ ਦਿਖ ਰਿਹਾ ਕਿ ਕਿਸ ਤਰ੍ਹਾਂ ਰੇਤੇ ਦੇ ਵਿੱਚ ਤੁਸੀਂ ਲੱਗੇ ਹੋ ਔਰ ਕਿਸ ਤਰ੍ਹਾਂ ਇਹ ਸੋਹਣੀ ਝੌਂਪੜੀ। ਸਤਿ ਸ਼੍ਰੀ ਅਕਾਲ ਬਾਬੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਨਾਲ ਹੀ ਆਏ ਹੋ? ਹਾਂਜੀ ਹਾਂਜੀ, ਪਿੰਡ ਭੁੱਲਰ ਹੀ ਭੁੱਲਰ। ਤੁਸੀਂ ਫਗਵਾੜੇ ਤੋਂ? ਫਗਵਾੜੇ ਭੁੱਲਰ ਹੀ ਪਿੰਡ ਜੀ। ਹਾਂਜੀ ਹਾਂਜੀ, ਕੀ ਬਾਤ ਹੈ, ਕਿੰਨੇ ਮਾਣ ਨਾਲ ਜਦੋਂ ਆਪਣੇ ਪਿੰਡ ਦਾ ਨਾਂ ਲੈਂਦੇ ਆ ਔਰ ਅੱਜ ਇੱਥੇ ਫਗਵਾੜਾ ਵੱਸਦਾ ਹੋਇਆ ਨਜ਼ਰ ਆ ਰਿਹਾ ਇਸ ਪਾਸੇ। ਸਾਡੇ ਜੀ ਫਗਵਾੜਾ ਭਾਣੋਕੀ ਸਰਾਂ ਉੱਚਾ ਪਿੰਡ, ਸਾਰਾ ਸਾਡਾ ਇੱਕੋ ਹੀ ਕੰਮ ਹੈ ਜੀ ਇਕੱਠਿਆਂ ਦਾ ਜੀ, ਸਾਰਾ ਇੱਕੋ ਹੀ ਆ। ਮੋਰੇ ਟੈਂਟ ਲੱਗਿਆ ਉਹਨਾਂ ਦਾ ਵੀ, ਉਹਨਾਂ ਦੇ ਨਾਲ ਸਾਡਾ ਸਾਥ। ਅੱਜ ਤੱਕ ਇਸ ਅੰਦੋਲਨ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ? ਕੋਈ ਮੁਸ਼ਕਲ ਨਹੀਂ ਸਾਨੂੰ ਜੀ। ਕੀ ਬਾਤ! ਕੋਈ ਮੁਸ਼ਕਲ ਨਹੀਂ ਸਾਨੂੰ ਜੀ। ਰਾਸ਼ਨ, ਪਾਣੀ, ਤੇਲ, ਦੁੱਧ ਚੀਜ਼ ਦੀ ਨਹੀਂ, ਪਾਣੀ ਵਾਧੂ, ਦੁੱਧ ਵਾਧੂ ਜੀ, ਲੱਸੀ ਵਾਧੂ। ਆਮ ਲੋਕਾਂ ਨੂੰ ਦਿੰਦੇ ਹੋ? ਨਾ ਵਾਧੂ ਜੀ, ਦੁੱਧ ਹੁਣ ਅਸੀਂ ਦੇਖੋ ਜੀ ਕੌਫੀ ਪਿਲਾਉਂਦੇ ਹਾਂ, ਫਿਰ 7 ਵਜੇ ਸਾਡਾ ਦੁੱਧ ਚੱਲ ਪੈਂਦਾ ਜੀ, 9 ਵਜੇ ਦੀ ਦੁੱਧ ਸਾਡਾ ਚੱਲਦਾ ਜੀ ਇੱਥੇ ਪੀਣ। ਹਾਂਜੀ ਹਾਂਜੀ, ਹਾਲੇ ਜਿਹੜੇ ਲੰਗਰ ਵੀ ਚੱਲਦੇ ਨਾ ਜੀ, ਬਾਬੇ ਦੀ, ਬਾਬੇ ਨਾਨਕ ਦੀ ਬੜੀ ਫੁੱਲ ਕਿਰਪਾ ਹੈ ਜੀ। ਜੇ ਦੇਖਿਆ ਜਾਵੇ ਨਾ ਜੀ, ਹੁਣ ਇੱਥੇ ਆ ਕੇ ਲੰਗਰ ਚੱਲਦੇ ਆ ਪੰਜਾਬ ਦੇ, ਹਰਿਆਣਾ
ਸਾਰੇ ਜਾਣੀ ਆਪਣਾ ਮਨ ਖੁਸ਼ ਕਰਕੇ ਜਾਂਦੇ ਆ, ਲੰਗਰ ਛਕ ਕੇ ਜਾਂਦੇ ਆ। ਇਹੀ ਤਾਂ ਦੇਖੋ ਪੰਜਾਬੀਅਤ ਨੂੰ ਕਾਇਮ ਰੱਖਦੀ ਹੈ, ਕਿਉਂਕਿ ਬਿਨਾਂ ਕਿਸੇ ਭੇਦਭਾਵ ਤੋਂ ਤੁਸੀਂ ਹੁੰਮ ਹੁਮਾ ਕੇ ਜਿਹੜਾ ਲੋਕਾਂ ਨੂੰ ਸੱਦਾ ਦਿੰਦੇ ਹੋ ਕਿ ਆਓ ਜੀ ਤੁਸੀਂ ਵੀ ਸਾਡਾ ਲੰਗਰ ਛਕੋ। ਬਾਬੇ ਨਾਨਕ ਦਾ ਲੰਗਰ ਹੈ, 20 ਰੁਪਏ ਦਾ ਲੰਗਰ ਹੈ, ਜਿਹੜਾ ਮਰਜ਼ੀ ਆ ਕੇ ਛਕ ਸਕਦਾ। ਅੱਛਾ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਸੀਗੀ, ਕਿਉਂਕਿ ਅਸੀਂ ਕੁਛ ਕਿਸਾਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜੀ ਜਿਹੜਾ ਅਸੀਂ ਰਾਸ਼ਨ ਆਪਣੇ ਘਰੋਂ ਲੈ ਕੇ ਆਏ ਸੀਗੇ ਉਹ ਰਾਸ਼ਨ ਤਾਂ ਹਾਲੇ ਅਸੀਂ ਖੋਲਿਆ ਹੀ ਨਹੀਂ, ਸਾਡਾ ਤਾਂ ਬਾਰੋ ਬਾਰ ਹੀ ਇੰਨਾ ਚੱਲੀ ਜਾਂਦਾ। ਦੇਖੋ ਰੋਜ਼ ਜਾਣੀ ਰੋਜ਼ ਭਾਈ ਭਰਾ ਟਰਾਲੀਆਂ ਲੱਦ ਕੇ ਲਿਆਉਂਦੇ, ਪਾਣੀ ਲਿਆਉਂਦੇ ਆ, ਰਾਚਣ ਪਾਣੀ ਲੈ ਜਾਂਦਾ, ਉਹ ਤਾਂ ਸਾਡਾ ਹਜੇ ਜਮ੍ਹਾਂ ਹੀ ਪਿਆ। ਅੱਛਾ ਜੀ, ਜਿਹੜਾ ਅਸੀਂ ਲੈ ਕੇ ਆਏ ਹਾਂ ਜਦੋਂ ਤੁਰੇ ਹਾਂ ਪੰਜਾਬ ਤੋਂ 24 ਤਰੀਕ ਨੂੰ, ਉਹ ਤਾਂ ਸਾਡਾ ਹਜੇ ਜਮ੍ਹਾਂ ਹੀ ਪਿਆ, ਸਾਡਾ ਤਾਂ ਉੱਪਰਲਾ ਹੀ ਨਹੀਂ ਹਜੇ ਵਧੀ ਜਾਂਦਾ ਕੰਮ ਆ। ਅਜੇ ਕਈ ਵਾਰ ਹੱਥ ਹੀ ਜੋੜੀ ਦੇ ਆ ਵੀ ਭਰਾ ਜੀ ਗਾਹ ਜਾਓ, ਮੋਹਲਿਆਂ ਨੂੰ ਦਿਓ ਵੀ ਸਾਡੇ ਕੋਲ ਹਜੇ ਪਿਆ, ਕਿ ਸਾਰਿਆਂ ਨੂੰ ਜੋੜੀ ਦਾ ਆ ਸਭੀ ਨੂੰ ਦੁੱਧ ਆਉਂਦੇ ਸਾਡੇ ਭਰਾ ਲੈ ਕੇ ਹਮ ਹਰਿਆਣੇ ਦੇ, ਇਹ ਸਾਨੂੰ ਸਾਡੇ ਭਰਾ ਇਹ ਕਹਿਣ ਡੇ ਵਾ ਵੀ ਤੁਸੀਂ ਹੁਣ ਪੰਜਾਬ ਤੋਂ ਨਹੀਂ ਮੰਗਾਉਣਾ ਕੁਛ ਵੀ, ਜਿੰਨਾ ਚਿਰ ਅਸੀਂ ਸਾਡੇ ਕੋਲ ਹੈਗਾ ਅਸੀਂ ਲੈ ਕੇ ਆਵਾਂਗੇ, ਜਿੱਦਾਂ ਸਾਡੇ ਕੋਲ ਮੰਗੋਗੇ ਅਸੀਂ ਤੁਹਾਨੂੰ ਦੱਸਾਂਗੇ, ਫਿਰ ਤੁਸੀਂ ਪੰਜਾਬ ਤੋਂ ਲੈ ਕੇ ਆਇਓ। ਹਜੇ ਜਿਹੜਾ ਪੰਜਾਬ ਦਾ ਆ ਜਾਓ ਸਾਡਾ ਪਿਆ, ਹਜੇ ਤਾਂ ਹਰਿਆਣੇ ਵਾਲੇ ਭਾਈਆਂ ਦਾ ਦੁੱਧ ਲੱਸੀ ਹਰ ਇੱਕ ਚੀਜ਼ ਲੈ ਕੇ ਰਹਿਣਾ। ਇਸ ਅੰਦੋਲਨ ਨੇ ਇਹ ਬਹੁਤ ਚੰਗਾ ਕਰਤਾ ਕਿ ਹਰਿਆਣਾ ਅਤੇ ਪੰਜਾਬ ਨੂੰ ਇਕੱਠਾ ਕਰ ਦਿੱਤਾ। ਇਸ ਅੰਦੋਲਨ ਨੇ ਸਾਡਾ ਜਿਹੜੀ ਸਿੰਨਾ ਭਾਈਚਾਰਾ ਜਿੰਨਾ ਕਿਸਾਨ ਜੂਨੀ ਹੈ ਇਹ ਸਾਨੂੰ ਇੱਕਮੁੱਠ ਕਰ ਦਿੱਤਾ। ਅੱਗੇ ਇੱਕ ਦੂਏ ਤੋਂ ਡਰਦੇ ਸੀ, ਹਰਿਆਣਾ ਸਾਡੇ ਤੋਂ ਡਰਦੇ, ਅਸੀਂ ਰਹਿਣੇ ਵਾਲੇ ਡਰਦੇ ਸੀ, ਹੁਣ ਸਾਨੂੰ ਪਤਾ ਲੱਗ ਗਿਆ ਅਸੀਂ ਭਰਾ ਬਣ ਗਏ ਇਹਨਾਂ ਵੱਲੋਂ ਬਣੀਆਂ ਸੀ, ਹੁਣ ਤਾਂ ਇੱਕਮੁੱਠ ਹੋ ਗਿਆ, ਹੁਣ ਹਿੰਦੁਸਤਾਨ ਦਾ ਕਿਸਾਨ ਇੱਕ ਥਾਂ ਇਕੱਠਾ ਹੋ ਗਿਆ ਜੀ। ਹੁਣ ਪੂਰਾ ਭਾਰਤ ਦਾ ਜਿਹੜਾ ਕਿਸਾਨ ਹੈ ਉਹ ਇਕੱਠਾ ਹੋਇਆ ਔਰ ਇਕੱਠੇ ਹੋ ਕੇ ਇੱਕੋ ਨਾਰਾ ਲਾ ਰਿਹਾ ਕਿ ਬਿੱਲ ਰੱਦ ਕਰਵਾ ਕੇ। ਹਾਂਜੀ ਹਾਂਜੀ, ਰੱਦ ਪੂਰੇ ਕਰਾਵਾਂਗੇ ਜੀ, ਸਾਨੂੰ ਪੂਰਾ ਸਾਥ ਹੈ ਜੀ ਇਹਨਾਂ ਨਾਲ, ਇਹ ਤਾਂ ਸਾਡੇ ਮੋਢੇ ਨਾਲ ਮੋਢਾ ਨਾਲ ਲਾ ਕੇ ਤੁਰਦੇ ਜੀ। ਕਰਦੇ ਕੀ ਕਹਿੰਦੇ ਆ ਬੱਚੇ, ਕੀ ਕਹਿੰਦੇ ਆ ਆਉਂਦੇ ਉਹਨਾਂ ਦੇ ਸੁਨੇਹੇ? ਹੁਣ ਭਾਅ ਜੀ ਬੱਚਿਆਂ ਦੇ ਸੁਨੇਹੇ ਸੁਣੋ ਸਾਡੇ ਬੱਚੇ ਖੁਦ ਕਹਿੰਦੇ ਹੁਣ ਤੁਸੀਂ ਬਾਪੂ ਜੀ ਪਿੱਛੇ ਨੂੰ ਆਓ, ਅਸੀਂ ਜਾਣਾ ਮੋਹਰੇ। ਸਾਡੇ ਬੱਚਿਆਂ ਨੂੰ ਸੰਭਾਲ, ਇਹ ਨਸ਼ੇੜੀ ਕਹਿੰਦੇ ਸੀ, ਪਰ ਸਾਡੇ ਬੱਚਿਆਂ ਨੇ ਦੱਸ ਦਿੱਤਾ ਵੀ ਅਸੀਂ ਨਸ਼ੇੜੀ ਨਹੀਂ, ਅਸੀਂ ਕਿਸਾਨਾਂ ਦੇ ਪੋਤੇ ਹਾਂ ਜੀ, ਉਹ ਕਿਸਾਨ ਬਣ ਕੇ ਆਏ ਆ ਮੋਹਰੇ। ਹੁਣ ਉਹ ਕਹਿੰਦੇ ਆ ਵੀ ਸਾਨੂੰ ਵੀ ਜਾਣ ਦਿਓ, ਸਾਨੂੰ ਮੌਕਾ ਦਿਓ, ਸਾਨੂੰ ਵੀ ਪਤਾ ਲੱਗੇ ਆਉਣ ਵਾਲੇ ਸਮੇਂ ਲਈ ਅਸੀਂ ਕੀ ਕਰਨਾ, ਅਸੀਂ ਤਾਂ ਬੱਚਿਆਂ ਲਈ ਕਰਦੇ ਆਪਣੇ ਜਿਹਨੇ ਦਿਨ। ਉਹ ਕਹਿੰਦੇ ਅਸੀਂ ਵੀ ਆਪਣੇ ਵਾਲੇ ਹੀ ਸੋਚਣਾ ਵੀ ਤੁਸੀਂ ਹੁਣ ਜਿਹੜਾ ਕਰੋ ਸਾਨੂੰ ਵੀ ਮੋਹਰੇ ਹੋਣ ਦਿਓ, ਹੁਣ ਸਾਡੇ ਨਵੀਂ ਨੌਜਵਾਨ ਪੀੜ੍ਹੀ ਮੋਹਰੇ ਆ ਰਹੀ ਹੈ। ਨੌਜਵਾਨ ਪੀੜ੍ਹੀ ਪੂਰੀ ਹੁੰਮ ਹਮਾ ਕੇ ਚੜ੍ਹਦੀ ਕਲਾ ਦੇ ਵਿੱਚ ਅੰਦੋਲਨ ਨੂੰ ਵੀ ਰੱਖਦੀ ਪਈ ਨਜ਼ਰ ਆ ਰਹੀ ਹੈ ਔਰ ਪੂਰੇ ਜੋਸ਼ ਅਤੇ ਹੋਸ਼ ਨਾਲ ਨਜ਼ਰ ਆ ਰਹੀ। ਹਾਂ, ਜੋਸ਼ ਅਤੇ ਹੋਸ਼ ਨਾਲ ਨਜ਼ਰ, ਇਹ ਨਹੀਂ ਬਸ ਜੋਸ਼ ਕਰਨਾ, ਹੋਸ਼ ਨਾਲ ਵੀ ਸਾਰਾ ਕੁਛ ਕਰਕੇ ਜਾਣੀ ਐਨ ਪਲੇਨ ਦੇ ਨਾਲ। ਕਿਸੇ ਹੁਣ ਦੇਖ ਲਓ ਕਿ ਕੋਈ ਤੁਸੀਂ ਕਿਤੇ ਵੀ ਨਿਗਾਹ ਮਾਰ ਕੇ ਦੇਖ ਲਓ, ਸਾਡਾ ਕਿਸਾਨ ਜਿੱਦਣ ਦਾ ਤੁਰਿਆ ਆ ਅੱਜ ਤੱਕ ਕਿਸੇ ਨਾਲ ਵਾਧੀ ਨਹੀਂ ਕੀਤੀ, ਐਂ ਸ਼ਾਂਤੀਪੂਰਵਕ ਚੱਲਿਆ। ਜੇ ਕੋਈ ਵਾਧੂ ਕਹਿ ਦਿੰਦਾ ਕੋਈ ਗੱਲ ਨਹੀਂ, ਹੱਥ ਜੋੜ ਦੇ ਦੀਆ ਕੋਈ ਗੱਲ ਨਹੀਂ ਭਰਾ ਜੀ, ਠੀਕ ਆ ਪਰ ਸ਼ਾਂਤੀ ਅੰਦੋਲਨ ਜਿਹੜਾ ਚੱਲੂਗਾ ਵੀ ਸ਼ਾਂਤੀ ਅੰਦੋਲਨ ਤਾਂ ਕਰਾ ਕੇ ਵੀ ਜਾਵਾਂਗੇ। ਇਹ ਵੀ ਗੱਲ ਪੂਰੀ ਇਹੀ ਹੁੰਦੀ ਹੈ ਜੀ ਕਿਸਾਨ ਦੀ ਅਸਲੀ ਪਹਿਚਾਣ, ਜਿਹੜੀ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਾਨੂੰ ਨਜ਼ਰ ਆਈਆਂ। ਬਹੁਤ ਸੋਹਣਾ ਲੱਗਦਾ ਜਦੋਂ ਆਪਣੇ ਵਿਰਸੇ ਨੂੰ ਦੁਬਾਰਾ ਉੱਤੇ ਦੇਖਦੇ ਹੋਏ ਨਜ਼ਰ ਆ ਰਹੇ, ਕਿਉਂਕਿ ਇਤਿਹਾਸਿਕ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇੱਕ ਉਹ ਵੇਲਾ ਸੀਗਾ ਜਦੋਂ ਅਸੀਂ ਹਵੇਲੀਆਂ ਦੇ ਵਿੱਚ ਜਾ ਕੇ ਆਰਟੀਫਿਸ਼ਲ ਝੌਂਪੜੀਆਂ ਦੇਖ ਕੇ ਉਹਨਾਂ ਨਾਲ ਫੋਟੋਆਂ ਖਿਚਾਉਂਦੇ ਸੀਗੇ, ਲੇਕਿਨ ਇੱਥੇ ਤੁਸੀਂ ਆਓ ਤੁਹਾਨੂੰ ਕਿਸਾਨਾਂ ਦੀ ਅਸਲ ਜਿਹੜੀ ਹਵੇਲੀ ਹੈ, ਅਸਲ ਜਿਹੜੀ ਝੌਂਪੜੀ ਹੈ ਉਹ ਦੇਖਣ ਨੂੰ ਮਿਲੇਗੀ। ਅਸਲ ਕਹਾਣੀ ਕੀ ਹੈ, ਦਿਲ ਦੇ ਗੱਲਾਂ ਸਭ ਕੁਝ ਤੁਹਾਨੂੰ ਦੱਸਦੇ ਹਾਂ ਸਿਰਫ ਔਰ ਸਿਰਫ ਵਿਜ਼ਨ ਪੰਜਾਬ ਟੀਵੀ ਦੇ ਉੱਤੇ। ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਵੀ ਅਸੀਂ ਦਿੰਦੇ ਰਵਾਂਗੇ ਗਰਾਊਂਡ ਰਿਪੋਰਟ। ਸਾਡੇ ਕਿਸਾਨਾਂ ਦੇ ਦਿਲ ਦੀ ਆਵਾਜ਼ ਤੁਹਾਡੇ ਦਿਲਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਆ, ਉਹ ਨਿਭਾਉਂਦੇ ਰਵਾਂਗੇ। ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਕੈਮਰਾਮੈਨ ਗੌਰਵ ਦੇ ਨਾਲ ਮੈਂ ਵਰੁਣ ਸ਼ਰਮਾ, ਸਿੰਘੂ ਬਾਰਡਰ, ਦਿੱਲੀ।